ਹੈਲੋ ਸਟੂਡੈਂਟਸ ਅੱਜ ਆਪਾਂ ਗੱਲ ਕਰਦੇ ਹਾਂ 7ਥ ਕਲਾਸ ਦੇ 5ਵੇਂ ਚੈਪਟਰ ਦੀ ਜਿਹਦਾ ਨਾਮ ਹੈਗਾ ਦੋ ਕੀੜੀਆਂ ਕੀੜੀਆਂ ਮਤਲਬ ਚੀਂਟੀ ਠੀਕ ਹੈ ਇਹਨਾਂ ਦੀ ਖੂਬਸੂਰਤ ਜੀ ਸਟੋਰੀ ਦਾ ਆਪਾਂ ਆਨੰਦ ਮਾਣਦੇ ਹਾਂ ਜਿਹੜੀਆਂ ਦੋ ਕੀੜੀਆਂ ਹੁੰਦੀਆਂ ਉਹ ਫਰੈਂਡਸ ਹੁੰਦੀਆਂ ਤੇ ਅਨੀਸ਼ਾ ਨਾਮ ਦੀ ਇੱਕ ਕੁੜੀ ਹੈ ਇਹਦੇ ਵਿੱਚ ਜਿਹਦੀ ਨਾਨੀ ਜੀ ਉਸ ਨੂੰ ਇਹ ਕਹਾਣੀ ਸੁਣਾਉਂਦੇ ਹੈ ਦੇਖੋ ਆਪਾਂ ਇਸ ਸਟੋਰੀ ਨੂੰ ਪੜ੍ਹਦੇ ਹਾਂ ਕੁੜੀ ਅਨੀਸ਼ਾ ਕਿਉਂ ਪਾਣੀ ਵਿੱਚ ਖੇਡਾਂ ਜੀਆਂ ਕਰੀ ਜਾਨੀ ਹੈ ਬਿਮਾਰ ਹੋ ਜਾਏਗੀ ਗਰਮੀ ਨਹੀਂ ਆਈ ਹਜੇ ਜਾਂਦੀ ਠੰਡ ਹੈ ਆ ਜਾ ਇਧਰ ਠੰਡੇ ਪਾਣੀ ਚੋਂ ਅਨੀਸ਼ਾ ਦੀ ਨਾਨੀ ਨੇ ਪਾਣੀ ਨਾਲ ਖੇਡ ਰਹੀ ਆਪਣੀ ਦੋਤੀ ਨੂੰ ਵਰਜਿਆ ਵਰਜਿਆ ਮਤਲਬ ਕਹਿਣਾ ਆਵਾਜ਼ ਮਾਰਨਾ ਨਾਨੀ ਜੀ ਮੈਂ ਖੇਡਾਂ ਨਹੀਂ ਕਰ ਰਹੀ ਮੈਂ ਤਾਂ ਵਿਗਿਆਨ ਦਾ ਇੱਕ ਪ੍ਰਯੋਗ ਕਰਕੇ ਦੇਖ ਰਹੀ ਹਾਂ ਅਨੀਸ਼ਾ ਨੇ ਗੱਲ ਪੂਰੀ ਨਹੀਂ ਸੀ ਕੀਤੀ ਕਿ ਉਸ ਨੇ ਨਾਨੀ ਜੀ ਨੇ ਉਹਦੇ ਕੋਲ ਆ ਕੇ ਖਲੋਤੇ ਤੇ ਬੋਲੇ ਕੀ ਕਰਦੀ ਐ ਅੱਜ ਸਾਡੇ ਮੈਡਮ ਨੇ ਦੱਸਿਆ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਖਾਲੀ ਜਾਪਦੀਆਂ ਨੇ ਉਹਨਾਂ ਵਿੱਚ ਹਵਾ ਭਰੀ ਅੱਗੇ ਦੇਖੋ ਹੁੰਦੀ ਐ ਤੇ ਫਿਰ ਉਸ ਨੇ ਇੱਕ ਖਾਲੀ ਬੋਤਲ ਲੈ ਕੇ ਉਸ ਵਿੱਚ ਪਾਣੀ ਭਰਨ ਲਈ ਉਸ ਨੂੰ ਪਾਣੀ ਦੀ ਬਾਲਟੀ ਵਿੱਚ ਡੁਬੋਇਆ ਗੁੜਗੁੜ ਦੀ ਆਵਾਜ਼ ਨਾਲ ਹਵਾ ਬੋਤਲ ਵਿੱਚੋਂ ਬਾਹਰ ਨਿਕਲਣ ਲੱਗੀ ਅਤੇ ਅਨੀਸ਼ਾ ਫਿਰ ਕਹਿਣ ਲੱਗੀ ਦੇਖੋ ਨਾਨੀ ਜੀ ਇਹ ਹੈ ਬੋਤਲ ਸਾਨੂੰ ਦੇਖਣ ਲਈ ਖਾਲੀ ਲੱਗਦੀ ਆ ਪਰ ਆਹ ਹੈ ਦੇਖੋ ਬੁਲਬੁਲੇ ਨਿਕਲ ਰਹੇ ਨੇ ਹਵਾ ਦੇ ਬਹੁਤ ਅੱਛਾ ਨਾਨੀ ਨੇ ਗੋਹਰ ਨਾਲ ਆਪਣੀ ਪੰਜਵੀਂ ਵਿੱਚ ਪੜਦੀ ਦੋਤੀ ਵੱਲ ਦੇਖਿਆ ਨਾਨੀ ਜੀ ਨਾਨੀ ਜੀ ਕਿੱਥੇ ਗਏ 8ਵੀਂ ਵਿੱਚ ਪੜਦੀ ਅਨੀਸ਼ਾ ਦਾ ਪ੍ਰਾ ਨਵੀਨ ਨਾਨੀ ਨੂੰ ਲੱਭ ਰਿਹਾ ਸੀ ਠੀਕ ਹੈ ਆ ਜਾ ਬੁੱਤਰ ਇੱਧਰ ਆ ਮੈਂ ਅੱਗੇ ਦੇਖੋ ਆ ਦੇਖੋ ਹੁਣ ਆਪਾਂ ਕੀ ਪੜਿਆ ਅਨੀਸ਼ਾ ਤੋਂ ਇਦੂ ਇਲਾਵਾ ਨਵੀਨ ਦੇ ਬਾਰੇ 'ਚ ਪੜਿਆ ਤੇ ਨਾਨੀ ਜੀ ਦੇ ਬਾਰੇ 'ਚ ਪੜਿਆ ਆਹ ਕੌਣ ਹੈ ਨਾਨੀ ਜੀ ਹੈ ਆ ਖੁਦ ਅਨੀਸ਼ਾ ਤੇ ਆ ਨਵੀਨ ਜਿਹੜੀ ਅਨੀਸ਼ਾ ਉਹ ਕਿੰਨੀਵੀਂ ਕਲਾਸ 'ਚ ਪੜਦੀ ਹੈ 5ਵੀਂ ਜਮਾਤ ਵਿੱਚ ਜਿਹੜਾ ਨਵੀਨ ਹੈ ਉਹ ਕਿੰਨ ਵਿੱਚ ਪੜਦਾ ਹੈ 8ਵੀਂ ਜਮਾਤ ਵਿੱਚ ਠੀਕ ਹੈ ਅੱਗੇ ਦੇਖੋ ਨਵੀਨ ਦੇ ਹੱਥ ਵਿੱਚ ਕਾਪੀ ਤੇ ਪੈਨ ਸੀ ਨਾਨੀ ਸਮਝ ਗਈ ਕਿ ਨਵੀਨ ਨੇ ਕੁਝ ਪੁੱਛਣਾ ਹੈ ਨਵੀਨ ਹੋਰਾਂ ਦੀ ਨਾਨੀ ਸੇਵਾਮੁਕਤ ਸਕੂਲ ਅਧਿਆਪਕ ਹੈ ਨਾਨੀ ਜੀ ਉਹਨਾਂ ਦੇ ਕੀ ਸਨ ਸੇਵਾਮੁਕਤ ਸਕੂਲ ਅਧਿਆਪਿਕਾ ਸਨ ਆਪਣੇ ਇਕਲੋਤੀ ਬੇਟੀ ਦੇ ਬੱਚਿਆਂ ਦਾ ਬਹੁਤ ਧਿਆਨ ਰੱਖਦੀ ਹੈ ਹਾਂ ਬੇਟਾ ਦੱਸ ਕੀ ਪੁੱਛਣਾ ਹੈ ਨਾਨੀ ਨੇ ਪੁੱਛਿਆ ਨਾਨੀ ਜੀ ਸਾਡੇ ਸਕੂਲ ਵਿੱਚ ਭਾਸ਼ਣ ਮੁਕਾਬਲਾ ਹੋਣਾ ਹੈ ਨਵੀਨ ਨੇ ਕਿਹਾ ਅੱਛਾ ਬੋਲਣ ਦਾ ਵਿਸ਼ਾ ਕਿਹੜਾ ਔਗਣ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ ਹੁਣ ਉਹਨੂੰ ਇੱਕ ਜਿਵੇਂ ਆਪਣੇ ਸਕੂਲ ਦੇ ਵਿੱਚ ਜਿਵੇਂ ਮੰਨ ਲਓ 15 ਅਗਸਤ ਦਾ ਕੋਈ ਪ੍ਰੋਗਰਾਮ ਹੋ ਰਿਹਾ ਅਜ ਤੁਹਾਨੂੰ ਕਿਹਾ ਜਾਵੇ ਵੀ ਤੁਸੀਂ 15 ਅਗਸਤ ਦੇ ਕੁਝ ਭਾਸ਼ਣ ਦੇਣਾ ਹੈ ਇਸੇ ਪ੍ਰਕਾਰ ਨਾਲ ਉਸ ਨੂੰ ਇੱਕ ਵਿਸ਼ਾ ਦਿੱਤਾ ਗਿਆ ਸੀ ਇੱਕ ਸਬਜੈਕਟ ਇੱਕ ਟੋਪਿਕ ਦਿੱਤਾ ਗਿਆ ਸੀ ਕੀ ਟੋਪਿਕ ਸੀ ਔਗਣਾ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ ਕੀ ਹੈ ਔਗਣਾ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ ਇਸ ਵਿਸ਼ੇ ਤੇ ਹੈ ਵਿਸ਼ਾ ਸੁਣ ਕੇ ਨਾਨੀ ਜੀ ਥੋੜੀ ਦੇਰ ਲਈ ਗੰਭੀਰ ਹੋ ਗਏ ਤੇ ਫਿਰ ਬੋਲੇ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਦੋ ਕੀੜੀਆਂ ਦੀ ਇੱਕ ਕਹਾਣੀ ਸੁਣਾਉਂਦੀ ਹਾਂ ਕਿੰਨਾਂ ਦੀ ਦੋ ਕੀੜੀਆਂ ਦੀ ਹੁਣ ਪੜਦੇ ਆਪਾਂ ਦੋ ਕੀੜੀਆਂ ਦੀ ਕਹਾਣੀ ਇੱਕ ਕੀੜੀ ਸੀ ਮਿੱਠੋ ਕੀ ਨਾਮ ਸੀ ਮਿੱਠੋ ਮਿੱਠੋ ਤੇ ਸੁਗੜ ਗੁਣਾ ਵਾਲੀ ਮਿੱਠੋ ਜਿਹੜੀ ਸੀਗੀ ਉਹ ਬਹੁਤ SUGAR ਤੇ ਗੁਣਾ ਵਾਲੀ ਸੀ ਉਹ ਹੈ ਮਿਸ਼ਰੀ ਦੇ ਪਹਾੜ ਉੱਤੇ ਰਹਿੰਦੀ ਸੀ ਹੁਣ ਦੇਖੋ ਰਹਿੰਦੀ ਕਿੱਥੇ ਸੀ ਮਿਸ਼ਰੀ ਦੇ ਪਹਾੜ ਉੱਤੇ ਇੱਕ ਕੀੜੀ ਸੀ ਜਿਹਦਾ ਨਾਮ ਮਿੱਠੋ ਸੀ ਉਹ ਹੈ ਬਹੁਤ ਗੁਣਾ ਵਾਲੀ ਸੀ ਉਸਦਾ ਨਾਮ ਕੀ ਸੀ ਮਿੱਠੋ ਸੀ ਉਹ ਗੁਣਾ ਵਾਲੀ ਸੀ ਰਹਿੰਦੀ ਕਿੱਥੇ ਸੀ ਮਿਸ਼ਰੀ ਦੇ ਪਹਾੜ ਉੱਤੇ ਦੂਜੀ ਕੀੜੀ ਸੀ ਸਲੂਣੋ ਕੀ ਸੀ ਸਲੂਣੋ ਲੂਣ ਦੇ ਪਹਾੜ ਉੱਤੇ ਰਹਿੰਦੀ ਸੀ ਰਹਿੰਦੀ ਕਿੱਥੇ ਸੀ ਲੂਣ ਨਮਕ ਦੇ ਪਹਾੜ ਉੱਤੇ ਉਹ ਇਹ ਦੋਵੇਂ ਪਹਾੜ ਨਾਲ-ਨਾਲ ਸਨ ਨੇੜੇ-ਨੇੜੇ ਮਤਲਬ ਨੇੜੇ-ਨੇੜੇ ਜਿਵੇਂ ਆਪਣੇ ਇੱਕ ਘਰ ਦੇ ਨਾਲ ਦੂਜਾ ਘਰ ਹੁੰਦਾ ਨਾ ਇਸ ਤਰੀਕੇ ਨਾਲ ਇੱਕ ਦਿਨ ਦੋਵੇਂ ਕੀੜੀਆਂ ਆਪੋ ਆਪਣੇ ਪਹਾੜ ਦੇ ਸਿਖਰ ਉੱਤੇ ਘੁੰਮ ਫਿਰ ਰਹੀਆਂ ਸਨ ਭੈਣ ਸੁਲੋਣਾ ਕੀ ਹਾਲ ਹੈ ਤੇਰਾ ਮਿੱਠੋ ਨੇ ਮਿੱਠੇ ਜ਼ੁਬਾਨ ਨਾਲ ਪੁੱਛਿਆ ਭੈਣ ਮਿੱਠੋ ਹਾਲ ਕਾ ਦਾ ਸਾਰਾ ਦਿਨ ਖਾਰਾ ਸਲੂਣਾ ਭੈਣ ਸਲੂਣਾ ਤੂੰ ਇਹੀਂ ਕਰ ਕੁਝ ਦਿਨ ਮੇਰੇ ਪਹਾੜ ਉੱਤੇ ਆ ਕੇ ਰਹਿ ਮਿੱਠੇ ਮਿੱਠੇ ਮਿਸ਼ਰੀ ਖਾ ਤੇ ਆਨੰਦ ਲੈ ਜਿੰਨਾ ਚਿਰ ਤੇਰਾ ਜੀ ਕਰੇ ਰਹਿ ਭਾਵੇਂ ਸਾਰੀ ਉਮਰ ਵੀ ਇੱਕ ਦਿਨ ਮਿੱਠੋ ਨੇ ਕਿਹਾ ਚੰਗਾ ਭੈਣੇ ਆਵਾਂਗੀ ਕਿਸੇ ਦਿਨ ਵਹਿਲ ਕੱਢ ਕੇ ਅੱਗੇ ਦੇਖੋ ਵਹਿਲ ਕੱਢਣਾ ਟਾਈਮ ਕੱਢਣਾ ਸਲੂਣਾ ਨੇ ਜਵਾਬ ਦਿੱਤਾ ਫੇਰ ਗਈ ਸਲੂਣਾ ਮਿਸ਼ਰੀ ਦੇ ਪਹਾੜ ਉੱਤੇ ਨਵੀਨ ਨੇ ਪੁੱਛਿਆ ਕਿੱਥੇ ਗਈ ਸਲੂਣਾ ਮਿਸ਼ਰੀ ਦੇ ਪਹਾੜ ਉੱਤੇ ਲੂਣ ਛੱਡ ਕੇ ਮਿਸ਼ਰੀ ਮਿਲੇ ਖਾਣੂ ਹੋਰ ਕੀ ਚਾਹੀਦਾ ਉਹ ਤਾਂ ਭੱਜੀ ਗਈ ਹੋ ਜਿਵੇਂ ਆਪਾਂ ਚਾਕਲੇਟ ਦੇਖ ਕੇ ਭੱਜਦੇ ਹਾਂ ਹਨਾ ਨਾਨੀ ਜੀ ਅਨੀਸ਼ਾ ਵੀ ਬੋਲ ਪਈ ਧਿਆਨ ਨਾਲ ਸੁਣੋ ਬੇਟੇ ਇਸ ਦੀ ਰਮਜ਼ ਢੂੰਗੀ ਹੈ ਰਮਜ਼ ਮਤਲਬ ਕੀ ਹੈ ਬਹੁਤ ਇੰਟਰਸਟਿੰਗ ਕਹਾਣੀ ਹੈ ਨੂੰ ਸੁਣੋ ਤਾਂ ਸਰੀ ਆਮ ਬਾਤਾਂ ਵਰਗੀ ਹੀ ਨਹੀਂ ਹੋਵੇਗੀ ਇਸ ਕਹਾਣੀ ਵਿੱਚ ਲੋਹਣ ਨੂੰ ਤੁਸੀਂ ਸਮਝ ਲਓ ਜਿਵੇਂ ਔਗਣ ਹੁਣ ਤੇ ਮਿਸਰੀ ਨੂੰ ਸਮਝ ਲਓ ਜਿਵੇਂ ਗੁਣ ਚੰਗੇ ਗੁਣ ਠੀਕ ਹੈ ਨਾ ਹੁਣ ਦੇਖੋ ਇਹਦੀ ਕਲਪਨਾ ਕਿਦੇ ਨਾਲ ਕੀਤੀ ਗਈ ਆ ਦਿੱਤੀਆਂ ਤਾਂ ਦੋ ਕੀੜੀਆਂ ਹੀ ਗਈਆਂ ਦੋ ਕੀੜੀਆਂ ਇੱਕ ਨੂੰ ਮਿੱਠੀ ਦੱਸਿਆ ਗਿਆ ਇੱਕ ਨੂੰ ਸਲੂਣੀ ਦੱਸਿਆ ਗਿਆ ਮਤਲਬ ਇੱਕ ਨੂੰ ਖੰਡ ਤੇ ਇੱਕ ਨੂੰ ਨੂਨ ਦੱਸਿਆ ਗਿਆ ਠੀਕ ਹੈ ਤੇ ਹੁਣ ਉਹਨਾਂ ਨੇ ਕਿਹਾ ਜਿਹੜਾ ਨਮਕ ਹੈ ਉਹ ਤਾਂ ਹੈਗੇ ਆ ਅਫਗੁਣ ਉਹਨਾਂ ਨੂੰ ਅਫਗੁਣ ਸਮਝਣਾ ਹੈ ਜਿਹੜਾ ਗੁੜ ਚੀਨੀ ਮਿੱਠੀ ਚੀਜ਼ਾਂ ਉਹਨੂੰ ਆਪਾਂ ਗੁਣ ਚੰਗੇ ਗੁਣ ਸਮਝਣਾ ਠੀਕ ਹੈ ਹਾਂ ਨਾਨੀ ਜੀ ਨਵੀਨ ਤੇ ਅਨੀਸ਼ਾ ਇਕੱਠੇ ਬੋਲੇ ਅੱਗੇ ਦੇਖੋ ਸਲਾਹਾ ਕਰਦੇ ਆ ਸਲੂਨੀ ਨੇ ਕਈ ਦਿਨ ਲੰਗਾ ਦਿੱਤੇ ਜਿਵੇਂ ਮਾੜੀ ਆदत ਛੱਡਣ ਦੀ ਲੋਕ ਆਲਸ ਕਰ ਛੱਡਦੇ ਨੇ ਉਵੇਂ ਹੀ ਜਿਵੇਂ ਹੁਣ ਆਪਣੇ ਚ ਕੋਈ ਕਮੀ ਹੋਵੇ ਆਪਣੀ ਕੋਈ ਗਲਤੀ ਹੋਵੇ ਆਪਣੇ ਚ ਕੋਈ ਅਫਗੁਨ ਹੋਵੇ ਆਪਾਂ ਨੂੰ ਕੋਈ ਦੱਸਵੇ ਇੱਕ ਵਾਰ ਤਾਂ ਆਪਾਂ ਗੁੱਸਾ ਜਾ ਕਰ ਜੰਨੇ ਆ ਠੀਕ ਹੈ ਤੇ ਉਹਨੂੰ ਸੁਧਾਰਨ ਦੇ ਵਿੱਚ ਆਲਸ ਵੀ ਬਹੁਤ ਕਰਦੇ ਆਪਾਂ ਸਭ ਕੋ ਸੰਭਲਣ ਵਾਲੇ ਚ ਗਲਤੀ ਕੱਢਦੇ ਨੇ ਆਪ ਨਹੀਂ ਦੇਖਦੇ ਕਿ ਆਪਣੀ ਗਲਤੀ ਹੈਗੀ ਏ ਕਿ ਹੈ ਨਹੀਂ ਤਾਂ ਜਰੂਰ ਆਪਦੀ ਗਲਤੀ ਨੂੰ ਐਕਸੈਪਟ ਕਰੋ ਜਿਹੜਾ ਤੁਹਾਨੂੰ ਅਗਰ ਕਿਸੇ ਗਲਤੀ ਤੋਂ ਟੋਕਦੇ ਨਾ ਤਾਂ ਉਹ ਚੰਗੇ ਲਈ ਹੀ ਕਹਿੰਦਾ ਹੁੰਦਾ ਠੀਕ ਹੈ ਨਾ ਜਿਵੇਂ ਮਾੜੀ ਆਦਤ ਛੱਡਣ ਲਈ ਲੋਕ ਕੀ ਕਰਦੇ ਆ ਆਲਸ ਕਰ ਛੱਡਦੇ ਨੇ ਓਵੇਂ ਹੀ ਉਹ ਕਿੜੀ ਕਿਸੀ ਆਲਸ ਕਰਦੀ ਸੀ ਇੱਕ ਦਿਨ ਉਸਨੇ ਸਲਾਹ ਬਣਾ ਕੇ ਬਣਾ ਲਈ ਮਿਸ਼ਰੀ ਦੇ ਪਹਾੜ ਉੱਤੇ ਜਾਣ ਦੀ ਪਰ ਨਾਲ ਹੀ ਉਸਨੇ ਸੋਚਿਆ মিঠো ਦੇ ਪਹਾੜ ਦਾ ਤਾਂ ਮੇਰੇ ਪਹਾੜ ਦਾ ਰੰਗ ਤਾਂ ਇੱਕੋ ਜਿਹਾ ਹੀ ਲੱਗਦਾ। ਸੋਚ-ਸੋਚ ਕੇ ਉਹਨੇ ਲੋਣ ਦੀ ਇੱਕ ਵੱਡੀ ਡਲੀ ਆਪਣੇ ਮੂੰਹਾਂ ਵਿੱਚ ਰੱਖ ਲਈ ਤੇ ਮਨ ਹੀ ਮਨ ਕਿਆ ਜੇ ਮਿੱਠੋ ਕੋਲ ਕੁਝ ਨਾ ਹੋਇਆ ਘੱਟੋ-ਘੱਟ ਮੇਰੇ ਕੋਲ ਆਪਣਾ ਲੋਣ ਤਾਂ ਹੋ। ਚਲੋ ਜੀ ਆਖਰ ਸਲੂਣਾ ਮਿੱਠੋ ਦੇ ਪਹਾੜ ਉੱਤੇ ਪਹੁੰਚੀ ਗਈ। ਮਿੱਠੋ ਉਸ ਨੂੰ ਸਾਰਾ ਪਹਾੜ ਘੁਮਾਉਂਦੀ ਫਿਰੀ, ਤਰ੍ਹਾਂ-ਤਰ੍ਹਾਂ ਦੀ ਮਿਸਰੀ ਦੇ ਢਲਿਆਂ ਕੋਲ ਲਿਜਾ ਕੇ ਸਿਫਤਾਂ ਕਰਦੀ ਰਹੀ। ਸਾਰਾ ਪਹਾੜ ਘੁੰਮ-ਘੁਮਾ ਕੇ ਸਲੂਣਾ ਵਾਪਸ ਆ ਗਈ। ਆਪਣੇ ਪਹਾੜ ਉਤੇ ਪਹੁੰਚ ਕੇ ਆਖਣ ਲੱਗੀ ਇੰਨਾ ਲੰਮਾ ਚੋੜਾ ਪਹਾੜ ਘੁੰਮਦੀ ਫਿਰੀ ਪਾਗਲਾ ਵਾਂਗ ਮਿਸ਼ਰੀ ਕਿਹੜੀ ਮਿਲੀ ਉਥੋਂ ਸਵਾ ਸਲੂਣੋਂ ਅੱਕੀ ਪਈ ਸੀ ਹਾਂ ਬੇਟੇ ਨਵੀਨ ਦੱਸ ਸਲੂਣਾਂ ਨੂੰ ਮਿਸ਼ਰੀ ਦਾ ਸਵਾਦ ਕਿਉਂ ਨਹੀਂ ਆਇਆ ਕਿਉਂ ਕਿਉਂਕਿ ਉਸਨੇ ਕੀ ਸੀ ਆਪਣੇ ਮੋਢੇ ਵਿੱਚ ਨੋਨ ਦੀ ਡਲੀ ਤਾਂ ਲਈ ਰੱਖੀ ਸੀ ਕਿਉਂਕਿ ਸਲੂਣੋਂ ਨੇ ਆਪਣੇ ਮੋਢੇ ਵਿੱਚ ਲੋਨ ਦੀ ਵੱਡੀ ਡਲੀ ਰੱਖੀ ਹੋਈ ਸੀ ਨਵੀਨ ਬੋਲਿਆ ਬਿਲਕੁਲ ਠੀਕ ਸਾਰੇ ਰਾ ਉਹਦੇ ਮੂੰਹ ਵਿੱਚ ਉਹ ਲੂਣ ਦੀ ਡਲੀ ਖੁਰਦੀ ਰਹੀ ਮਿਸਰੀ ਦਾ ਸਵਾਦ ਤਾਂ ਉਹ ਤਾਂ ਹੀ ਚੱਕ ਸਕਦੀ ਸੀ ਜੇ ਉਹ ਲੂਣ ਦੀ ਡਲੀ ਮੂੰਹ ਵਿੱਚੋਂ ਕੱਢਦੀ ਆਹ ਜਿਵੇਂ ਅਨੀਸ਼ਾ ਪ੍ਰਯੋਗ ਕਰਦੀ ਸੀ ਜੇ ਬੋਤਲ ਵਿੱਚੋਂ ਹਵਾ ਬਾਹਰ ਕੱਢ ਲੂਗੀ ਤਾਂ ਹੀ ਪਾਣੀ ਅੰਦਰ ਭਰਿਆ ਜਾਊ ਜੇ ਓਗਣ ਦੂਰ ਹੋਵਣਗੇ ਤਾਂ ਹੀ ਉਹਨਾਂ ਦੀ ਥਾਂਵੇਂ ਗੁਣ ਗ੍ਰਹਿਣ ਕੀਤੇ ਜਾ ਸਕਣਗੇ ਠੀਕ ਹੈ ਨਾ ਹੁਣ ਜਿਵੇਂ ਆਪਾਂ ਨੂੰ ਆਪ ਕਿਸ ਨੇ ਦੱਸਤਾ ਕੋਈ ਵੀ ਗੱਲ ਲੈ ਲਓ ਜਿਵੇਂ ਆਪਣੀ ਆਦਤ ਹੁੰਦੀ ਆਪਾਂ ਵੱਡਿਆਂ ਨੂੰ ਤੂੰ ਤਾਂ کہہ ਕੇ ਬੋਲਦੇ ਆ ਤੂੰ ਕਿਹਾ ਸੀ ਤੂੰ ਆਏ ਕਿਤਾ ਸੀ ਤੂੰ ਆਏ ਕਰ ਰਿਹਾ ਹੈ ਹਨਾ ਮੰਨ ਲਓ ਆਪਾਂ ਨੂੰ ਕਿਸ ਨੇ ਟੋਕਤਾ ਹੁਣ ਆਪਣਾ ਉਹ ਕੀ ਹੈ ਉਹ ਗੁਣ ਹੈ ਠੀਕ ਹੈ ਹੁਣ ਉਹਨੂੰ ਅਗਰ ਆਪਾਂ ਬਾਹਰ ਹੀ ਨਹੀਂ ਕੱਢਾਂਗੇ ਤਾਂ ਉਹਦੀ ਜਗ੍ਹਾ ਤੇ ਆਪਾਂ ਸਹੀ ਚੀਜ਼ ਕਿਵੇਂ ਲੈ ਕੇ ਆਵਾਂਗੇ ਵੀ ਵੱਡਿਆਂ ਨਾਲ ਕਿਵੇਂ ਬੋਲਣਾ ਚਾਹੀਦਾ ਹੈ ਸਤਿਕਾਰ ਨਾਲ ਬੋਲਣਾ ਚਾਹੀਦਾ ਹੈ ਨਾ ਕਿਵੇਂ ਲੈ ਕੇ ਆਵਾਂਗੇ ਜੇ ਆਪਾਂ ਆ ਚੀਜ਼ ਨੂੰ ਐਕਸੈਪਟ ਕਰਾਂਗੇ ਵੀ ਹਾਂ ਸਾਡੀ ਆ ਗਲਤੀ ਹੈ ਇਹਨੂੰ ਆਪਾਂ ਸੁਧਾਰਨਾ ਹੈ ਵੱਡਿਆਂ ਨਾਲ ਕਿਵੇਂ ਬੋਲਣਾ ਹੈ ਆਪ ਕਹਿ ਕੇ ਬੋਲਣਾ ਹੈ ਤੁਸੀਂ ਕਹਿ ਕੇ ਬੋਲਣਾ ਹੈ ਠੀਕ ਹੈ ਤਾਂ ਆਉਂਦੀ ਜਗ੍ਹਾ ਤੇ ਕੀ ਆ ਜਾਣਗੇ ਗੁਣ ਆ ਜਾਣਗੇ ਠੀਕ ਹੈ ਉਸ ਤੋਂ ਬਾਅਦ ਦੇਖੋ ਠੀਕ ਹੈ ਨਾ ਨਾਨੀ ਜੀ ਨੇ ਫਿਰ ਪੁੱਛਿਆ ਬਿਲਕੁਲ ਠੀਕ ਪਰ ਨਾਨੀ ਜੀ ਸਭ ਤੋਂ ਜ਼ਰੂਰੀ ਗੱਲ ਹੈ ਵਿਸ਼ਵਾਸ ਗੁਣਵਾਨ ਬੰਦੇ ਉੱਤੇ ਵਿਸ਼ਵਾਸ ਕਿਹਦੇ ਤੇ ਗੁਣਵਾਨ ਬੰਦੇ ਦੇ ਉੱਤੇ ਹੁਣ ਦੇਖ ਲਓ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ ਠੀਕ ਹੈ ਜਿਹਦੇ ਵਿੱਚ ਕੋਈ ਚੰਗੀ ਚੀਜ਼ ਦਿਖ ਰਹੀ ਹੈ ਨਾ ਉਹਨੂੰ ਗ੍ਰਹਿਣ ਕਰੋ ਕੀ ਕਰੋ ਗ੍ਰਹਿਣ ਕਰੋ ਤਿਹੋਦੇ ਤੇ ਵਿਸ਼ਵਾਸ ਕਰੋ ਇਹਨਾਂ ਵੀ ਨਾ ਕਰੋ ਕਿ ਧੋਖਾ ਖਾ ਜਾਓ ਪਰ ਇਹਨਾਂ 'ਤੇ ਵਿਸ਼ਵਾਸ ਕਰੋ ਕਿ ਉਹਦੀ ਚੰਗੀਆਂ ਚੀਜ਼ ਨੂੰ ਤੁਸੀਂ ਗ੍ਰਹਿਣ ਕਰ ਸਕੋ ਤੁਹਾਨੂੰ ਜਿਵੇਂ ਕਿਹਾ ਗਿਆ ਹੈ ਗੁਣਵਾਨ ਬੰਦੇ 'ਤੇ ਵਿਸ਼ਵਾਸ ਜੇ ਸਲੂਣੋ ਕਿੜੀ ਮਿੱਠੋ ਤੇ ਮਿੱਠੋ ਤੇ ਵਿਸ਼ਵਾਸ ਕਰਦੇ ਤਾਂ ਲੋਹਣ ਦੀ ਡਲੀ ਮੂਹ ਵਿੱਚ ਲੈ ਜਾਂਦੀ ਹੀ ਕਿਉਂ ਹੁਣ ਜਦੋਂ ਸਲੂਣੋ ਨੇ ਉਹਨੂੰ ਕਿਹਾ ਤੇ ਇੱਕ ਵਾਰੀ ਵਿਸ਼ਵਾਸ ਕਰਕੇ ਉਹਨੂੰ ਜਾਣਾ ਤਾਂ ਚਾਹੀਦਾ ਸੀ ਉਹ ਜਾਣਦੀ ਤੇ ਨਮਕ ਦੀ ਡਲੀ ਨਾ ਲੈ ਕੇ ਜਾਂਦੀ ਤਾਂ ਉਹਨੂੰ ਅਖੰਡ ਦਾ ਸਵਾਦ ਜ਼ਰੂਰ ਆਉਣਾ ਸੀ ਮਿੱਠਾ ਸਵਾਦ ਆਉਣਾ ਸੀ ਪਰ ਉਹਨੇ ਟਰਸਟ ਨਹੀਂ ਕੀਤਾ ਆਪਾਂ ਨੂੰ ٹرسٹ ਵੀ ਕਰਨਾ ਚਾਹੀਦਾ ਹੈ ਜ਼ਰੂਰੀ ਨਹੀਂ ਹੁੰਦਾ ਪੰਜੇ ਉਂਗਲੀਆਂ ਇੱਕੋ ਜੀਆਂ ਹੀ ਹੋਣ ٹرسٹ ਵੀ ਕਰਨਾ ਚਾਹੀਦਾ ਨਵੀਨ ਨੇ ਹੋਰ ਨੁਕਤਾ ਸਪਸ਼ਟ ਕੀਤਾ ٹرسٹ ਕਰਨ ਦੇ ਨਾਲ ਨਾਲ ਸਾਨੂੰ ਸੁਚੇਤ ਵੀ ਰਹਿਣਾ ਚਾਹੀਦਾ ਹੈ ਇਦਾਂ ਨਹੀਂ ਕਿ ਸਾਰਾ ਫੋਕਸ ਹੀ ਉਹਦੇ ਤੇ ਕਰ ਲਓ ٹرسٹ ਵੀ ਕਰੋ ਸੁਚੇਤ ਵੀ ਰਹੋ ਕਿ ਆਪ ਤੁਸੀਂ ਸਹੀ ਫੈਸਲਾ ਲੈ ਸਕੋ ਨਵੀਨ ਨੇ ਹੋਰ ਨੁਕਤਾ ਸਪਸ਼ਟ ਕੀਤਾ ਕਈ ਵਾਰ ਸਾਡੇ ਨਾਲ ਵੀ ਇਹੀ ਹੁੰਦਾ ਅਸੀਂ ਚੰਗੇ ਲੋਕਾਂ ਦੀ ਸੰਗਤ ਕਰਦੇ ਹਾਂ ਚੰਗੇ ਗੁਣ ਗ੍ਰਹਿਣ ਕਰਨ ਲਈ ਪਰ ਵਿਸ਼ਵਾਸ ਦੀ ਘਾਟ ਕਰਕੇ ਸਾਡੇ ਆਪਣੇ ਹੀ ਓਗਣਾ ਦਾ ਲੋਣ ਸਾਡੀ ਜੀਬ ਤੇ ਖੁਰਦਾ ਰਹਿੰਦਾ ਹੈ ਅਸੀਂ ਚੰਗੇ ਗੁਣਾਂ ਦੀ ਮਿਠਾਸ ਤੋਂ ਵਾਂਝੇ ਰਹਿ ਜਾਂਦੇ ਹਾਂ ਨਾਨੀ ਜੀ ਨੇ ਕਿਹਾ ਸ਼ੁਕਰੀਆ ਨਾਨੀ ਜੀ ਹੁਣ ਮੈਂ ਇਸ ਨੂੰ ਲਿਖ ਲਵਾ ਫੇਰ ਸੁਣਾਵਾਗਾ ਤੁਹਾਨੂੰ ਆ ਕੇ ਨਵੀਨ ਆਪਣੀ ਪੜਨ ਵਾਲੀ ਮੇਜ਼ ਉੱਤੇ ਜਾ ਬੈਠਿਆ ਨਾਨੀ ਜੀ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੇ ਕਿਉਂਕਿ ਨਵੀਨ ਹੋਰਾਂ ਦੇ ਮੰਮੀ ਪਾਪਾ ਦਫ਼ਤਰ ਤੋਂ ਆਉਣ ਵਾਲੇ ਸਨ ਤੇ ਅਨੀਸ਼ਾ 메ਨ ਗੇਟ ਉਤੇ ਖੜ ਕੇ ਆਪਣੀ ਮੰਮੀ ਪਾਪਾ ਦਾ ਇੰਤਜ਼ਾਰ ਕਰ ਰਹੀ ਸੀ ਆ ਸੀ ਸਾਡਾ ਚੈਪਟਰ 2 ਕੀੜੀਆਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਦੇ ਤੋਂ ਸਿੱਖਿਆ ਜ਼ਰੂਰ ਮਿਲੀ ਹੋਊਗੀ ਕੀ ਸਿੱਖਿਆ ਮਿਲੀ ਹੈ ਕਿ ਅਗਰ ਸਾਡੇ ਵਿੱਚ ਕੋਈ ਅਫਗੁਨ ਹੈ ਤੇ ਸਾਹਮਣੇ ਵਾਲਾ ਸਾਨੂੰ ਕਹਿ ਰਿਹਾ ਵੀ ਤੁਹਾਡੀ ਆ ਗਲਤੀ ਹੈ ਤਾਂ ਉਹਨੂੰ ਐਕਸੈਪਟ ਕਰੋ ਐਕਸੈਪਟ ਕਰਕੇ ਉਹਨੂੰ ਦੂਰ ਕਰੋ ਕਿ ਉਹਦੀ ਜਗ੍ਹਾ ਤੇ ਚੰਗੇ ਗੁਣ ਆ ਸਕਣ ਜਿਹੜਾ ਬੰਦਾ ਸਾਨੂੰ ਇੱਕ ਵਾਰ ਕੋਈ ਗੱਲ ਕਹਿ ਰਿਹਾ ਹੈ ਵਿਸ਼ਵਾਸ ਕਰੋ ਸੁਚੇਤ ਹੋ ਕੇ ਕਰੋ ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਕੋਈ ਇੱਕੋ ਜਿਹਾ ਹੋਵੇ ਵਿਸ਼ਵਾਸ ਕਰੋ ਭਰੋਸਾ ਰੱਖੋ ਤੇ ਹੋ ਸਕਦਾ ਸਾਡਾ ਉਹ ਅਫਗਾਨ ਦੂਰੋਂ ਕੇ ਸਾਨੂੰ ਕੁਝ ਚੰਗਾ ਮਿਲੇ ਨਾ ਚੰਗਾ ਸਿੱਖਣ ਨੂੰ ਮਿਲੇ ਤਾਂ ਇਸ ਲਈ ਹਰ ਚੀਜ਼ ਤੋਂ ਕੋਈ ਨਾ ਕੋਈ ਗਿਆਨ ਲੈਂਦੇ ਰਿਆ ਕਰੋ ਅਸੀਂ ਸਾਡਾ 5th ਚੈਪਟਰ ਅੱਜ ਲਈ ਇੰਨਾ ਹੀ